ਪੰਜਾਬ ਸਰਕਾਰ ਵੱਲੋਂ ਭੇਜੀ ਜਾ ਰਹੀ ਕਣਕ ਅਤੇ ਦਾਲ ਵਿਧਾਨ ਸਭਾ ਹਲਕਾ ਉੱਤਰੀ ਦੇ ਲੋੜਵੰਦਾਂ ਵਿੱਚ ਨਿਰੰਤਰ ਵੰਡੀ ਜਾ ਰਹੀ ਹੈ। ਇਹ ਵਿਚਾਰ ਵਿਧਾਇਕ ਸੁਨੀਲ ਦੱਤੀ ਨੇ ਵਾਰਡ ਨੰਬਰ 52 ਦੇ ਬਿਸ਼ਪ ਹਾਊਸ ਅਤੇ ਵਾਰਡ ਨੰਬਰ 7 ਦੇ ਫੈਸਪੁਰਾ ਵਿਖੇ ਲਾਭਪਾਤਰੀਆਂ ਵਿੱਚ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਕਣਕ ਅਤੇ ਦਾਲ ਦੀ ਵੰਡ ਕਰਦਿਆਂ ਸਾਂਝੇ ਕੀਤੇ। ਉਹਨਾਂ ਲੋਕਾਂ ਨੂੰ ਹਰ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕੌਂਸਲਰ ਸੋਨੂੰ ਦੱਤਾ, ਕੌਂਸਲਰ ਪ੍ਰਦੀਪ ਸ਼ਰਮਾ, ਰਾਜੇਸ਼ ਪਾਲ, ਜਗਜੀਤ ਸਿੰਘ ਵੀ ਮੌਜੂਦ ਸਨ। ਅਸੀਂ ਵਾਰਡ ਨੰਬਰ 52 ਅਤੇ ਵਾਰਡ ਨੰਬਰ 7 ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਪਹੁੰਚੇ ਹਾਂ ਜੀ। ਕੈਪਟਨ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਭੇਜੀ ਦਾਲ ਅਤੇ ਕਣਕ ਪਰ ਹੈੱਡ ਜਿਹੜਾ 15 ਕਿਲੋ ਪਰਿਵਾਰ ਦੇ ਵਿੱਚ ਮਿਲਣੀ ਹੈ ਔਰ ਅਗਲੇ 7ਵੇਂ ਮਹੀਨੇ ਫਿਰ ਅਸੀਂ ਕਣਕ ਦੇਣ ਜਾ ਰਹੇ ਹਾਂ। ਕਹਿਣ ਦਾ ਮੇਰਾ ਭਾਵ ਇਹ ਹੈ ਕਿ ਰਾਸ਼ਨ ਵੱਲੋਂ ਅਸੀਂ ਕੋਈ ਕਮੀ ਨਹੀਂ ਆਉਣ ਦਿੱਤੀ। ਪ੍ਰਵਾਸੀਆਂ ਨੂੰ ਪੂਰਾ ਰਾਸ਼ਨ ਦੇ ਰਹੇ ਹਾਂ, ਪੰਜਾਬੀ ਫੈਮਲੀਆਂ ਆਪਣੀਆਂ ਨੂੰ ਦੇ ਰਹੇ ਹਾਂ, ਜਿਨ੍ਹਾਂ ਦੇ ਨੀਲੇ ਕਾਰਡ ਨਹੀਂ ਬਣੇ ਉਹਨਾਂ ਨੂੰ ਮੈਂ ਆਪਣੀ ਤਰਫੋਂ ਘਰ ਘਰ ਰਾਸ਼ਨ ਪਹੁੰਚਾ ਰਿਹਾ 2 ਮਹੀਨੇ ਤੋਂ ਜੀ। ਮੈਂ ਹਮੇਸ਼ਾ ਕਹਿੰਦਾ 25 ਲੰਗਰ ਜਿੱਥੇ ਲੱਗੇ ਉੱਥੇ 1.5 ਮਹੀਨੇ ਤੋਂ ਮੈਂ ਲਗਾ ਕੇ ਰੱਖੇ ਪਰ ਅੱਜ ਵੀ ਇਹਦੇ ਚੱਲਦੇ ਪਏ ਲੰਗਰ ਜੀ, ਅੱਜ ਵੀ ਚੱਲ ਰਿਹਾ। ਕੋਈ ਆਸਾਨ ਨਹੀਂ ਹੈ, ਮੈਂ ਤਾਂ ਹਮੇਸ਼ਾ ਹੀ ਕਹਿੰਦਾ ਜੀ ਦਾਣੇ ਦਾਣੇ 'ਤੇ ਲਿਖਾਂ ਖਾਣੇ ਵਾਲੇ ਦਾ ਨਾਮ। ਸਾਡੀ ਕੋਸ਼ਿਸ਼ ਹੈ ਕਿ ਸਾਡੇ ਪਰਿਵਾਰ ਇਹ ਮਹੀਨਾ ਵੀ ਘਰਾਂ 'ਚ ਰਹਿਣ ਪਰ ਉਹਨਾਂ ਨਿਕਲਣ ਘੱਟ ਨਿਕਲਣ ਕਿ ਸਮਾਂ ਜੇ ਦੇਖੋ ਕੈਸਾ ਆ ਰਿਹਾ, 2 ਮਹੀਨੇ ਦੀ ਮਿਹਨਤ ਕੀਤੀ ਜਾਇਆ ਨਾ ਜਾਵੇ। ਮੇਰੇ ਵਾਰਡ ਨੰਬਰ 52 ਦੇ ਵਿੱਚ ਜਿਹੜੇ ਪੰਜਾਬ ਸਰਕਾਰ ਦੀ ਸਕੀਮ ਅਧੀਨ ਕਣਕ ਅਤੇ ਦਾਲ ਦੀ ਵੰਡ ਸੀ ਉਹ ਅਸੀਂ ਬਿਸ਼ਪ ਕੰਪਾਊਂਡ ਵਾਲੇ ਪਾਸੇ ਸ਼ੁਰੂ ਕੀਤੀ ਹੈ ਅਤੇ ਇਹਦੇ ਤੋਂ ਯਾਸੀਨ ਰੋਡ ਬਿਸ਼ਪ ਕੰਪਾਊਂਡ ਦਾ ਸਾਰਾ ਇਲਾਕਾ ਅੱਜ ਅਸੀਂ ਸਾਰਿਆਂ ਨੂੰ ਮੁਫ਼ਤ ਕਣਕ ਅਤੇ ਦਾਲ ਦੀ ਵੰਡ ਕਰਨ ਜਾ ਰਹੇ ਹਾਂ।